ਹੋਰ ਸੱਜਣ ਬਾਪੂ ਆਖਿਆ ਬਾਪੂ ਬਾਦਲ ਵੱਡਾ ਬਾਪੂ ਆਖਿਆ ਮੇਰੇ ਤੇ ਵਿਸ਼ਵਾਸ ਰੱਖੋ ਭਾਈ ਮੁਖਤਾਰ ਸਿੰਘ ਜੀ ਅੰਕਲ ਜੀ ਸ਼ਹੀਦਾਂ ਵਾਲੇ ਫੌਜੀ ਸਾਹਿਬ ਪ੍ਰਧਾਨ ਸਾਹਿਬ ਪ੍ਰਗਟ ਸਿੰਘ ਜੀ ਤੇ ਕੱਦ ਗਿੱਲ ਤੋਂ ਭਾਈ ਰਣਧੀਰ ਸਿੰਘ ਜੀ ਆਪਣੇ ਪਿੰਡ ਇਹ ਆ ਜੀ ਮਲਗੀਏ ਤੋਂ ਸੰਗਤ ਜਿਹੜੀ ਆਪਣੇ ਮਲਗੀਏ ਤੋਂ ਆਏ ਆ ਸਾਰੀ ਸੰਗਤ ਕੁਝ ਇੱਥੇ ਬੈਠੇ ਸੱਜਣ ਕੁਝ ਪਿੱਛੇ ਖੜ੍ਹੇ ਆ ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਸਿੰਘ ਜੀ ਲਵਲੀ ਵੀਰ ਜੀ ਭਾਈ ਸਰਬਜੀਤ ਸਿੰਘ ਜੀ ਮਿਸਤਰੀ ਅਤੇ ਭਾਈ ਦਿਲਬਾਗ ਸਿੰਘ ਜੀ ਕੁਝ ਹੋਰ ਸੱਜਣ ਮੈਂ ਨਾਂ ਲੈਣਾ ਭੁੱਲ ਗਿਆ ਹੋਵਾਂਗਾ ਇਸ ਤਰ੍ਹਾਂ ਕੁਝ ਅੱਗੇ ਖੜ੍ਹੇ ਬੈਠੇ ਆ ਵਿੱਚ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਕੀਤਾ ਗੁਰਭੇਜ ਸਿੰਘ ਜੀ ਪ੍ਰਗਟ ਸਿੰਘ ਜੀ ਪ੍ਰਧਾਨ ਕਾਫੀ ਸੰਗਤ ਜਿਹੜੀ ਉਹ ਮਲੀਏ ਤੋਂ ਆਈ ਹੈ ਧੰਨਵਾਦੀ ਉਹਨਾਂ ਦੇ ਇਹਨਾਂ ਕਿਸਾਨ ਭਰਾਵਾਂ ਦੇ ਸੌਖੀ ਘੜੀ ਦੇ ਵਿੱਚ ਸਾਥ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਧੰਨਵਾਦ ਹਾਂ ਜੀ ਸ਼ੁਕਰੀਆ ਜੇਕਰ ਰੀਤ ਹੈ ਰੀਤ ਵਿੱਚ ਰਾਜ ਰੀਤੀ ਮੇਰੇ ਸਾਜ ਨੇ ਹੁਣ ਸੰਗੀਤ ਕੋਈ ਨਹੀਂ ਰਸਾਂ ਤੇ ਫਿਰੇ ਤੇ ਗੰਢ ਛੇੜਾ ਤੇਰੇ ਜਹਾਂ ਹੁਣ ਦਿਸਦਾ ਰਣਜੀਤ ਕੋਈ ਨਹੀਂ ਅੱਜ ਵੀ ਤੇਰੇ ਜਹਾਂ ਇੱਕ ਜੇਸ਼ੇ ਹੁੰਦਾ ਅੱਜ ਵੀ ਤੇਰੇ ਜਹਾਂ ਇੱਕ ਜੇਸ਼ੇ ਹੁੰਦਾ ਸਾਡੀ ਸ਼ਾਨ ਅੱਜ ਵੱਧ ਤੋਂ ਵੱਧ ਹੁੰਦੀ ਹੁੰਦਾ ਬੋਲ ਪੰਜਾਬੀ ਦਾ ਬੋਲ ਬਾਲਾ ਕੈਨੇਡੀ ਰਸਲੋਰੀ ਸਰਕਾਰ ਦਾ ਬੜਾ ਕਰਕ ਸੰਤ ਜੋ ਕਾਲੀ ਭਾਜਪਾ ਸਰਕਾਰ ਹੈ ਕੱਤੀ ਕਿਸਾਨ ਮਜ਼ਦੂਰ ਮੁਲਾਜ਼ਮ ਜਥੇ ਬੰਦਿਆਂ ਦਾ ਜਿੰਦਾਬਾਦ ਵੀਰੋ ਸਾਰੇ ਬਹਿ ਜਾਓ ਤੇ ਨਾਰਿਆਂ ਦਾ ਜਵਾਬ ਇੱਦੀ ਜ਼ੋਰ ਨਾਲ ਦੇਣਾ ਵੀ ਮੋਦੀ ਨੂੰ ਟੈਕ ਹੋ ਜਾਏ ਸ਼ਾਮਾਂ ਬਾਅਦ ਕਹਿੰਦੇ ਮੜੀਆਂ ਲੈ ਗਏ ਚੁੱਕੇ ਉਹਨੂੰ ਲੈ ਜਾਣਾ ਚੁੱਕੇ ਅੱਜ ਤੁਹਾਡੀ ਜਿੱਤ ਹੋਣੀ ਆ ਕਿਸਾਨਾਂ ਜਿੱਤ ਹੋ ਜਾਣੀ ਅੱਜ ਤੁਹਾਡੀ ਤਕੜੇ ਹੋ ਕੇ ਲੜਾਈ ਦੇ ਮੈਦਾਨ ਦੇ ਵਿੱਚ ਹੁਣ ਮੇਰੀ ਬੇਨਤੀ ਆ ਟੀਵੀ ਦੇ ਆਸਪਾਸ ਕਲਾਕਾਰ ਚਾਚਾ ਬਿਸ਼ਨਾ ਸਟੇਜ ਤੋਂ ਉਸ ਤੋਂ ਅੱਗੇ ਜਿਹੜੀ ਆਪਾਂ ਕਾਰਵਾਈ ਸ਼ੁਰੂ ਕਰਾਂਗੇ ਲਓ ਜੀ ਇੱਕ ਹੋਰ ਜਥੇਬੰਦੀ ਆ ਗਈ ਮੇਰਾ ਖਿਆਲ ਝਬਾਲ ਤੋਂ ਆਏ ਆ ਸ਼ਾਇਦ ਕਿਸਾਨ ਸਭਾ ਦੇ ਇਹ ਵੀ ਇੱਥੇ ਹੀ ਰੁਕ ਗਏ ਇਸੇ ਧਰਨੇ ਜੀ ਇਹ ਸ਼ਾਮਾਂ ਤਾਈਂ ਧਰਨਾ ਰਹਿਣਾ 5 ਵਜੇ ਦਾ ਮੇਰੇ ਹਿਸਾਬ ਨਾਲ ਤੇ ਇਹ ਅੰਮ੍ਰਿਤਸਰ ਚੌਂਕ ਜਿਹੜਾ ਸਾਡਾ ਇੱਥੋਂ ਕਿਲੋ ਕੁ ਮੀਟਰ ਪਿੱਛੇ ਆ ਉੱਥੋਂ ਤੱਕ ਪੰਜਾਬ ਦਾ ਜਾਮ ਲੱਗ ਜਾਣਾ ਬਹੁਤ ਜ਼ਿਆਦਾ ਸਾਥ ਦੇ ਰਿਹਾ ਭਰਾ ਧੰਨਵਾਦ ਜੀ ਕਿਉਂਕਿ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਪਹੁੰਚ ਚੁੱਕੀਆਂ ਸਾਰੇ ਸਾਥੀਆਂ ਨੂੰ ਅਪੀਲ ਆ ਕਿ ਜਿਹੜੀਆਂ ਇਸ ਕਿਸਾਨ ਮੋਰਚੇ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਇੱਥੇ ਆਈਆਂ ਵਾ ਉਹਨਾਂ ਨੂੰ ਬੇਨਤੀ ਆ ਕਿ